ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਕਰਦੇ ਆ। ਸੋ ਅੱਜ 12 ਜਨਵਰੀ ਰਾਤ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸ਼ਾਮ ਦੇ 6 ਵਜੇ ਤੋਂ ਕੱਲ ਸਵੇਰ ਤੱਕ ਕੀ ਅਪਡੇਟ ਹੈ। ਸੋ ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖ ਰਿਹਾ ਜਿਵੇਂ ਕਿ ਦੱਸਿਆ ਸੀ ਕਿ 12 ਤਰੀਕ ਨੂੰ ਇੱਕ ਸਿਸਟਮ ਆ ਰਿਹਾ ਸੋ ਉਹਦੇ ਚਲਦੇ ਬੱਦਲਵਾਈ ਪੰਜਾਬ ਉੱਪਰ ਦੀ ਗੁਜ਼ਰੇਗੀ। ਤਾਂ ਉਸੇ ਤਰ੍ਹਾਂ ਦੇਖ ਰਿਹਾ ਕਿ ਪੰਜਾਬ ਦਾ ਲਗਭਗ 70 ਤੋਂ 80-85% ਲੱਗ ਕੇ ਬੱਦਲਵਾਈ ਦੇ ਅੰਡਰ ਕਵਰ ਹੋਏ ਨੇ। ਤੇ ਜਿਹਦੇ ਕਰਕੇ ਦੁਪਹਿਰ ਦੇ ਵੇਲੇ ਕੁਝ ਹਿੱਸਿਆਂ ਵਿੱਚ ਥੋੜੀ ਬਹੁਤ ਧੁੱਪ ਨਿਕਲੀ ਸੀ ਤਾਂ ਉਸ ਤੋਂ ਬਾਅਦ ਬੱਦਲਵਾਈ ਆਉਣ ਕਰਕੇ ਉਹ ਵੀ ਧੁੱਪ ਮੱਧਮ ਪੈ ਗਈ ਤੇ ਬਾਕੀ ਕਈ ਇਲਾਕੇ ਜਿਹੇ ਨੇ ਜਿਹੜੇ ਸਵੇਰ ਤੋਂ ਸ਼ਾਮ ਤੱਕ ਬਿਨਾਂ ਧੁੱਪ ਤੋਂ ਬੱਦਲਵਾਈ ਤੇ ਠੀਤ ਲਹਿਰ ਦੀ ਚਪੇਟ ਵਿੱਚ ਆਏ ਹੋਏ ਨੇ ਇਸ ਵੇਲੇ ਗੱਲ ਕਰੀਏ ਪੂਰਾ ਪੰਜਾਬ ਹਰਿਆਣਾ ਰਾਜਸਥਾਨ ਦੇ ਹਿੱਸੇ ਹੋ ਗਏ ਪਛਵੀ ਜੁਪੀ ਹੋ ਗਏ ਸਾਰੇ ਇਲਾਕੇ ਜੋ ਮੈਦਾਨੀ ਭਾਗ ਨੇ ਇਹ ਸੰਗਣੀ ਠੀਤ ਲਹਿਰ ਦੀ ਚਪੇਟ ਵਿੱਚ ਆਏ ਹੋਏ ਨੇ ਤੇ ਜਿੱਥੇ ਦਿਨ ਦਾ ਟੈਂਪਰੇਚਰ 12-13 ਡਿਗਰੀ ਤੱਕ ਘਟੋ-ਘਟ ਜਾ ਰਿਹਾ ਹੈ ਤੇ ਉੱਥੇ ਹੀ ਰਾਤ ਦੇ ਟੈਂਪਰੇਚਰ ਵੀ ਲਗਭਗ 4 ਡਿਗਰੀ ਤੋਂ ਲੈ ਕੇ 6 ਡਿਗਰੀ ਦੇ ਵਿਚਕਾਰ ਨੇ ਕੁਝ ਹਿੱਸਿਆਂ ਵਿੱਚ ਤਾਪਮਾਨ 3 ਡਿਗਰੀ ਦੇ ਆਸ-ਪਾਸ ਵੀ ਦਰਜ ਕੀਤਾ ਜਾ ਰਿਹਾ ਹੈ। ਪੰਜਾਬ ਤੋਂ ਬਾਹਰ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਕੁਝ ਇਲਾਕੇ ਜਿਹੇ ਨੇ ਜਿੱਥੇ 0 ਡਿਗਰੀ ਤੱਕ ਵੀ ਤਾਪਮਾਨ ਆ ਚੁੱਕਿਆ ਹੈ। ਤੇ ਰਾਤ ਦੀ ਅੱਜ ਪੰਜਾਬ ਵਾਲੇ ਦੀ ਗੱਲ ਕਰੀਏ ਪੰਜਾਬ ਦੀ ਤਾਂ ਮੌਸਮ ਫਿਲਹਾਲ ਬੱਦਲਵਾਹੀ ਨਾਲ ਬਣਿਆ ਰਹੇਗਾ ਜੋ ਬੱਦਲਵਾਹੀ ਸਿਸਟਮ ਦੀ ਸਾਰੀ ਰਾਤ ਬਣੀ ਰਹੇਗੀ ਕੋਈ ਮੀਂਹ ਵਰਗੇ ਹਾਲਾਤ ਇਹਦੇ ਚੱਲਦੇ ਨਹੀਂ ਹਨ ਕਿਉਂਕਿ ਇਹ ਸਿਸਟਮ ਆ ਬਹੁਤ ਜਿਆਦਾ ਤਕੜਾ ਨਹੀਂ ਆ ਕੋਈ ਹਲਕੇ ਤੋਂ ਦਰਮਿਆਨੇ ਪੱਧਰ ਦਾ ਹੈ ਪਹਾੜੀ ਖੇਤਰਾਂ ਵਿੱਚ ਜ਼ਰੂਰ ਬਰਫ਼ਵਾਰੀ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਪਰ ਮੈਦਾਨੀ ਭਾਗ ਠੀਕ ਠਾਕ ਹੀ ਰਹਿਣਗੇ ਪੰਜਾਬ ਵਿੱਚ ਕੋਈ ਹਲਚਲ ਨਹੀਂ ਹੈ ਹਵਾਵਾਂ ਉੱਤਰ-ਪੱਛਮ ਦਿਸ਼ਾ ਤੋਂ ਵਗਣ ਗਈਆਂ ਰਾਤ ਵੇਲੇ ਧੁੰਦ ਦਾ ਮਾਹੌਲ ਇਸੇ ਤਰ੍ਹਾਂ ਬਣਿਆ ਰਹੂਗਾ ਸਵੇਰ ਦੇ ਵੇਲੇ ਵੀ ਧੁੰਦ ਦੇਖਣ ਨੂੰ ਮਿਲੂਗੀ ਕੱਲ ਧੁੱਪ ਲੱਗਣ ਦੇ ਅਸਰ ਦੁਪਹਿਰ ਤੋਂ ਬਾਅਦ ਹੀ ਦੇਖਣ ਨੂੰ ਮਿਲਣਗੇ ਕਿਉਂਕਿ ਦੁਪਹਿਰ ਤੱਕ ਇਹ ਬੱਦਲ ਵਾਈ ਜਿਹੜੀ ਸਿਸਟਮ ਤੇ ਚੱਲਦੇ ਆ ਉਹ ਥੋੜੀ ਬਹੁਤ ਪੰਜਾਬ ਉੱਪਰ ਦੀ ਬਣੀ ਰਹੇਗੀ ਬਾਕੀ ਕੱਲ ਸਵੇਰ ਦੀ ਜਿਹੜੀ ਤਾਜ਼ਾ ਅਪਡੇਟ ਆ ਕੱਲ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਵੇਗੀ ਸੋ ਚੈਨਲ ਪੰਜਾਬ ਵੈਦਰ ਨਾਲ ਜਦ ਤੱਕ ਬਣੇ ਰਹੋ